ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਨਾਨਕ ਪ੍ਰਗਟਿਓ ਮਿੱਟੀ ਤੋਂ ਚਾਨਣ ਹੋਵਾ। ਕਲਯੁੱਗ ਦੇ ਘੋਰ ਜਦੋਂ ਜ਼ੁਲਮ ਸੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਔਰ ਇੱਕ ਨਵਾਂ ਧਰਮ ਸਿੱਖ ਧਰਮ ਸਾਜਿਆ ਔਰ ਇਸ ਕਲਯੁੱਗ ਨੂੰ ਨਵੀਂ ਸੇਧ ਦਿੱਤੀ, ਲੋਕਾਂ ਦੇ ਵਿੱਚ ਨਵਾਂ ਜੀਵਨ ਨਵੀਂ ਸੋਚ ਦਿੱਤੀ। ਐਸੇ ਪਰਮਾਤਮਾ ਦਾ ਕੱਲ੍ਹ ਅਵਤਾਰ ਪੁਰਬ ਹੈ। ਖਾਲਸਾ ਕਾਲਜ ਸੁਸਾਇਟੀ ਦੀਆਂ ਸਮੂਹ ਅਦਾਰੇ ਜਿੰਨੇ ਵੀ ਉਹਦੇ ਟੀਚਿੰਗ ਔਰ ਨੋਨ ਟੀਚਿੰਗ ਸਟਾਫ ਸਟੂਡੈਂਟਸ ਕਰੀਬ 25,000 ਤੋਂ ਉੱਪਰ ਸਟੂਡੈਂਟਸ ਨੇ ਔਰ ਨੋਨ ਟੀਚਿੰਗ ਟੀਚਿੰਗ ਸਟਾਫ 4,000 ਦੇ ਕਰੀਬ ਔਰ ਸਾਰੇ ਮੈਂਬਰ ਪ੍ਰਿੰਸੀਪਲ ਸਾਰੇ ਮਿਲ ਕੇ ਅਸੀਂ ਇਸ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ 'ਤੇ ਇੱਕ ਦਿਨ ਪਹਿਲਾਂ ਦਰਬਾਰ ਸਾਹਿਬ ਖਾਲਸਾ ਕਾਲਜ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਨਗਰ ਕੀਰਤਨ ਅਸੀਂ ਨਿਕਾਲਦੇ ਹਾਂ। ਇਹ ਬੜਾ ਇੱਕ ਯਾਦਗਾਰੀ ਈਵੈਂਟ ਹੁੰਦਾ ਹੈ ਔਰ ਪਿਛਲੇ ਸਾਲ ਜਲ੍ਹਿਆਂਵਾਲੇ ਬਾਗ ਅਗਲਾ ਸਾਡੀ ਟੁਕੜੀ ਪਹੁੰਚ ਗਈ ਸੀ ਔਰ ਪਿੱਛੇ ਗੁਰੂ ਸਾਹਿਬ ਦੀ ਪਾਲਕੀ ਦੀ ਸਵਾਰੀ ਲੈ ਕੇ ਅਸੀਂ ਚੱਲੇ ਸੀ ਇੱਥੋਂ। ਸੋ ਇਹ 7 ਕਿਲੋਮੀਟਰ ਲੰਬਾ ਨਗਰ ਕੀਰਤਨ ਹੈ ਜੋ ਦੁਨੀਆਂ ਵਿੱਚ ਮੈਨੂੰ ਲੱਗਦਾ ਕਿ ਇੱਕ ਅਲੌਕਿਕ ਨਜ਼ਾਰਾ ਹੈ। ਸਾਰੀ ਦੁਨੀਆ ਜਿਹੜੀ ਮੇਰੀ ਆਵਾਜ਼ ਸੁਣ ਰਹੀ ਹੈ, ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।